ਸਾਊਥ ਏਸ਼ੀਅਨ মিডিਆ ਗਰੁੱਪ Y ਮੀਡੀਆ ਵੱਡੀ ਖਬਰ Y ਮੀਡੀਆ ਤੇ ਤੁਹਾਨੂੰ ਅੱਜ ਸਾਂਝੀ ਕਰ ਰਹੇ ਹਾਂ ਤਿੰਨ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦੀ ਡੈਥ ਹੋਈ ਹੈਗੀ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ ਇਹ ਤਿੰਨੇ ਜਣਾਂ ਦੀ ਡੈਥ ਜਿਹੜੀ ਰਿਪੋਰਟ ਹੈ ਸਾਡੇ ਕੋਲ ਪਹੁੰਚੀ ਹੈ ਸੋ ਮੈਂ ਤਿੰਨੇ ਜਣਾਂ ਦੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤਿੰਨ ਪੰਜਾਬੀ ਯੂਥ ਇਹਨਾਂ ਦੀ ਡੈਥ ਹੋਈ ਹੈ ਮੈਂ ਇੱਥੇ ਦੱਸਵਾ ਕਿ ਜਿਹੜੇ ਯੰਗਸਟਰਸ ਨੇ ਤਿੰਨ ਪੰਜਾਬੀ ਯੂਜ਼ ਇੱਕ ਦਾ ਤੇ ਵਿਆਹ ਅਗਲੇ ਮਹੀਨੇ ਹੋਣ ਵਾਲਾ ਸੀਗਾ ਔਰ ਇੱਥੇ ਦੱਸਦੀ ਆ ਕਿ ਦਾ ਨਾਮ ਵਿਸ਼ਵਰਾਜ ਸਿੰਘ ਗਿੱਲ ਰਾਜਾ ਗੇਲੇ ਨੂੰ ਪਿਆਰ ਨਾਲ ਕਹਿੰਦੇ ਸੀਗੇ ਖੰਨੇ ਤੋਂ ਹੈਗਾ ਇਹ ਰੋਡ ਐਕਸੀਡੈਂਟ ਜਿਹੜਾ ਹੋਇਆ ਕੈਲਡਨ ਦੇ ਵਿੱਚ ਤੁਹਾਨੂੰ ਯਾਦ ਹੋ 31 ਦਸੰਬਰ ਨੂੰ ਇੱਕ ਸੜਕ ਹਾਦਸਾ ਹੋਇਆ ਸੀ ਹਾਂਜੀ ਬਿਲਕੁਲ 31 ਦਸੰਬਰ ਨੂੰ ਜਿਹੜਾ ਸੜਕ ਹਾਦਸਾ ਹੋਇਆ ਉਹਦੇ ਵਿੱਚ ਇਹਦੀ ਵਿਸ਼ਵਰਾਜਾ ਗਿੱਲ ਦੀ ਜਿਹੜੀ ਡੈਥ ਹੋਈ ਹੈ ਰਾਜਾ ਗੇਲੇ ਨੂੰ ਕਹਿੰਦੇ ਸੀਗੇ ਖੰਨੇ ਤੋਂ ਹੈਗਾ ਇਹ ਨੌਜਵਾਨ ਔਰ ਇੱਥੇ ਦੱਸਦੀ ਆ ਕਿ 2018 ਦੇ ਵਿੱਚ ਇਹ ਇਥੇ ਇੰਟਰਨੈ ਦਾ ਸੀਗਾ ਪਰ ਜਿਹੜਾ ਐਕਸੀਡੈਂਟ ਹੋਇਆ ਇਹ ਕੈਨੇਡਾ ਚ ਹੋਇਆ ਇੰਟਰਨੈਸ਼ਨਲ ਸਟੂਡੈਂਟ ਸੀਗਾ ਉਹਨੇ ਆਪਣੀ ਪੜ੍ਹਾਈ ਕਰ ਚੁੱਕਿਆ ਸੀ ਔਰ ਬ੍ਰੈਂਟਨ ਚ ਇੱਧਰ ਰਹਿੰਦਾ ਸੀਗਾ ਦੂਸਰਾ ਜਿਹੜਾ ਲੜਕਾ ਸੀ ਤੁਹਾਨੂੰ ਦਿਖਾ ਰਹੇ ਆ ਅਮਰਿਤਪਾਲ ਸਿੰਘ ਹੈਗਾ ਅਮਰਿਤਪਾਲ ਸਿੰਘ ਜਿਹੜਾ ਇਹ ਟਾਂਡੇ ਤੋਂ ਹੈਗਾ ਆਪਣੇ ਉੱਥੇ ਦੋਬੇ ਏਰੀਆ ਤੋਂ ਔਰ ਹਾਰਟ ਅਟੈਕ ਹੋਇਆ ਇਹਨਾਂ ਨੂੰ ਔਰ ਉਸ ਤੋਂ ਬਾਅਦ ਹਾਂਜੀ ਹਾਰਟ ਅਟੈਕ ਹੋਇਆ ਜੀ ਇਹਨਾਂ ਨੂੰ ਔਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਡੈਥ ਹੋ ਗਈ ਅਮਰਿਤਪਾਲ ਅਮਰਿਤਪਾਲ ਸਿੰਘ ਹਾਰਟ ਅਟੈਕ ਨਾਲ ਡੈਥ ਹੋਈ ਆ ਤੀਸਰਾ ਜਿਹੜਾ ਲੜਕਾ ਸੀ ਤੁਹਾਨੂੰ ਦਿਖਾ ਰਹੇ ਆ ਇੱਧਰ ਲੈ ਸਟੂਡੈਂਟ ਜਿਹੜੇ ਆ ਸਕਾਰਬਰੋਰੀਆ ਤੋਂ ਸਕਾਰਬਰੋਰੀਆ ਦੇ ਵਿੱਚ ਦੋ ਸਟੂਡੈਂਟ ਜਿਹੜੇ ਆ ਇਹਨਾਂ ਦੋ ਜਣੇ ਇਹਨਾਂ ਦੀ ਡੈੱਡ ਬੋਡੀਆਂ ਪਾਈਆਂ ਗਈਆਂ ਇਹਦੇ ਵਿੱਚੋਂ ਇੱਕ ਦਾ ਨਾਮ ਹੈ ਪਹਿਲਾਂ ਤੁਹਾਨੂੰ ਦੱਸ ਰਿਹਾ ਕਰਨ ਸਿੰਘ ਹੈ ਕਰਨ ਸਿੰਘ ਇਹ ਵੀ 5 ਸਾਲ ਪਹਿਲਾਂ ਇੱਥੇ ਪੜ੍ਹਨ ਲਈ ਆਏ ਸੀਗੇ ਕੈਨੇਡਾ ਦੇ ਵਿੱਚ ਔਰ ਮੈਂ ਇੱਥੇ ਦੱਸ ਰਿਹਾ ਕਿ ਇਹਨਾਂ ਦਾ ਘਰ ਉੱਥੋਂ ਗਿੱਦੜਵਾਏ ਤੋਂ ਹੈਗਾ ਔਰ ਉਹਨਾਂ ਨੇ ਹੁਣੇ ਹੀ 8 ਜਨਵਰੀ 2024 ਦੀ ਟਿਕਟ ਕਟਾਈ ਹੋਈ ਸੀ ਘਰ ਜਾਣ ਵਾਸਤੇ ਘਰ ਜਾਣ ਵਾਸਤੇ ਟਿਕਟ ਕਰਾਈ ਹੋਈ ਸੀ ਅੱਜ ਕੱਲ ਅੱਜ ਕੱਲ ਹੋ ਰਹੀ ਸੀ ਕਿ ਅੱਜ ਜਾ ਰਹੇ ਕੱਲ ਜਾ ਰਹੇ ਕਰਦੇ ਕਹਿੰਦੇ ਸੀ ਵੀ ਜਮਾਨਾ ਨਹੀਂ ਲੱਗ ਰਿਹਾ ਜੇ ਕੋਈ ਦਿੱਕਤ ਆ ਤਾਂ ਛੱਡ ਉੱਥੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਤੁਸੀਂ ਗੱਲ ਕਰ ਹੀ ਰਹੇ ਸੀ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਨਹੀਂ ਐ ਤੇ ਕਰਦੇ ਨੇ ਕਹਿੰਦੇ ਜੇ ਪਰੇਸ਼ਾਨੀਆਂ ਆ ਰਹੀਆਂ ਤੇ ਆ ਜਾ ਕਹਿੰਦੇ ਅੱਜ ਆਨਾ ਕੱਲ ਆਨਾ ਕਰਦੇ ਕਰਦੇ 8 ਤਰੀਕ ਦੇ ਹੁਣ ਟਿਕਟ ਕਰਾ ਲਈ ਸੀਗੀ ਘਰ ਜਾਣਾ ਸੀਗਾ ਉਹ ਹੁਣ 27 ਲੱਖ ਰੁਪਏ ਕਹਿੰਦੇ ਜੀ ਇਹਨਾਂ ਦੀ ਹੁਣ ਡੈਡ ਬੋਡੀ ਵਾਪਸ ਲਿਆਉਣ ਦਾ ਕਰਦੇ ਹੁਣ ਕਹਿ ਰਿਹਾ ਕਿ ਸਰਕਾਰ ਜਿਹੜੀ ਉਹ ਵੀ ਜੇ ਥੋੜੀ ਬਹੁਤੀ ਮਦਦ ਕਰ ਸਕਦੀ ਹੈ ਤਾਂ ਉਹ ਵੀ ਜ਼ਰੂਰ ਕਰ ਦਵੇ ਸੋ ਵੈਰੀ ਅਨਫੋਰਚੂਨੇਟ ਆ ਪਿਛਲੇ 24 ਘੰਟਿਆਂ 'ਚ ਸਾਡੇ ਕੋਲ ਤਿੰਨ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਡੈਥs ਦੀ ਹੈ ਉਹ ਖਬਰ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋਗੇ ਕਿ ਕੱਲੇ ਜਿਹੜੇ ਡੈਥs ਹੈਗੀਆਂ ਤਾਂ ਐਕਸਟ੍ਰੀਮ ਕੇਸਿਸ ਤਾਂ ਡੈਥ ਹੋ ਰਹੀਆਂ ਲੇਕਿਨ ਸਟੂਡੈਂਟਸ ਇੱਥੇ ਸਟਰਗਲ ਕਰ ਰਹੇ ਆ ਚਾਹੇ ਕੋਈ ਐਕਸਟ੍ਰੀਜ ਡੈਥ ਹੋ ਰਹੀ ਹੈ ਕੋਈ ਹਾਰਟ ਅਟੈਕ ਹੋ ਰਿਹਾ ਕੋਈ ਵੈਸੇ ਕੋਈ ਦਿੱਕਤ ਆ ਰਹੀ ਹੈਗੀ ਹੈ ਇਹਨਾਂ ਦੀ ਜਿਹੜੀ ਡੈਥ ਹੋਈ ਜਿਹੜੀ ਕਰਨ ਸਿੰਘ ਜਿਹ ਇਨਵੈਸਟੀਗੇਸ਼ਨ ਹੋ ਰਹੀ ਹੈ ਕਾਰਨ ਨਹੀਂ ਪਤਾ ਪਰ ਸਸਪੀਸ਼ੀਅਸ ਹਾਲਾਤ ਇਹਨਾਂ ਦੀ ਵੀ ਡੈਥ ਹੋਈ ਸੋ ਮੁੱਦੇ ਦੀ ਗੱਲ ਇਹ ਹੈ ਕਿ ਜਿਹੜੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਇੱਥੇ ਚੈਲੰਜਸ ਆ ਰਹੇ ਹਰ ਤਰ੍ਹਾਂ ਦੇ ਚੈਲੰਜਸ ਆ ਰਹੇ ਆ ਐਂਡ ਅਨਫੋਰਚੂਨੇਟਲੀ ਐਕਸਟ੍ਰੀਮ ਕੇਸਿਸ ਚ ਕੁਝ ਦੀ ਜਿਹੜੀ ਡੈਥ ਆ ਉਹ ਵੀ ਇੱਥੇ ਹੋ ਰਹੀ ਹੈ ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ ਵਾਈ ਮੀਡੀਆ